ਕਿ ਬਾਲਕ ਦਾ ਨਾਮ ਕੀ ਰੱਖਿਆ ਜਾਵੇ। ਹਰ ਉਸ ਸਮੇਂ ਦੀ ਜਿਹੜੀ ਦਾਈ ਸੀ ਨਾ ਭਾਨੀ ਦਾਈ, ਉਹ ਕਹਿ ਲੱਗੀ ਕਿ ਜੇ ਮੇਰੇ ਗੱਲ ਮੰਨੋ ਮੇਰੇ ਹੱਥਾਂ ਵਿੱਚ ਪਤਾ ਨਹੀਂ ਕਿਤਨੇ ਕੁ ਬਾਲਕਾਂ ਦੇ ਜਨਮ ਹੋਏ ਨੇ, ਪਰ ਇਹੋ ਜਿਹੇ ਬਾਲਕ ਮੈਂ ਕਦੇ ਵੀ ਨਹੀਂ ਤੱਕਿਆ ਕਿ ਜਿਹਦੇ ਪੈਦਾ ਹੋਣ ਦੇ ਨਾਲ ਮੈਨੂੰ ਰੱਬ ਦੇ ਦਰਸ਼ਨ। ਬਜਨੀ ਤੋਰ ਮੋਰ ਮਨ ਮਾਨਿਓ ਜੰਡੋ ਪੂਰਨ ਕੀਜੈ ਹੋ ਫਲ ਫਲ ਜਾਓ ਰਮਈਆ ਕਾਰਨੇ ਕਾਰਨ ਕਬਲ ਮੋਰ ਬਹੁਤ ਜਨਮ ਵਿੱਚ ਰੇਖੇ ਮਾਰੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲੱਗ ਜੀ ਹੋ ਚਿਰ ਪਿਓ ਦਰਸ਼ਨ ਦੇ ਦਸਾਂ ਪਾਤਸ਼ਾਹਾਂ ਦੀ ਜਗਤੀ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਬੇਟਾ ਕੀ ਵਿਖਾਲ ਗਿਆ।
पहले घर जाया ਕੋਈ ਨਾ ਕੋਈ ਨਾ ਆਪ ਨਾ ਆ ਗਿਆ।